ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਸਖ਼ਤ ਹੁਕਮ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਜ਼ਿਲ੍ਹੇ ਅੰਦਰ ਨਸ਼ੇ ਕਾਰਨ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਪਰ ਕੈਪਟਨ ਸਾਹਿਬ ਦੇ ਇਹ ਹੁਕਮ ਸਿਰਫ ਹਵਾ 'ਚ ਹੀ ਦਿਖਾਈ ਦਿੰਦੇ ਨੇ। ਫਿਰੋਜ਼ਪੁਰ ਤੋਂ ਇੱਕ ਹਫ਼ਤੇ ਅੰਦਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹੁਣ ਮਮਦੋਟ ਹਲਕੇ 'ਚ 27 ਸਾਲਾ ਨੌਜਵਾਨ ਨੂੰ ਨਸ਼ੇ ਨੇ ਨਿਗਲ ਲਿਆ। ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਕਿਹਾ ਕਿ ਪੰਜਾਬ 'ਚ ਵਗਦੇ ਨਸ਼ੇ ਨੂੰ ਠੱਲ ਪਾਈ ਜਾਵੇ ਅਤੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਜੇਕਰ ਵਿਅਕਤੀ ਨਸ਼ਾ ਕਰਦਾ ਫੜਿਆ ਗਿਆ ਤਾਂ ਉਸਦੀ ਚੰਗੀ ਤਰ੍ਹਾਂ ਧੁਲਾਈ ਕੀਤੀ ਜਾਵੇਗੀ। ਸਰ ਜਨਾਬ ਇਹ ਹੈ ਵੀ ਅੱਜ ਜੋ ਹੋਣਾ ਸੀ ਹੋ ਗਿਆ, ਮੇਰਾ ਭਰਾ ਸੀਗਾ ਚਲਾ ਗਿਆ, ਬਾਕੀ ਮਾੜੇ ਨਸ਼ੇ ਤੋਂ ਅਸੀਂ ਤਾਂ ਕਹਿੰਦੇ ਹਾਂ ਸਭ ਟਲ ਜਾਣ। ਜੇ ਮਾੜਾ ਨਸ਼ਾ ਕੋਈ ਮੁਹੱਲੇ ਦੇ ਵਿੱਚ ਕੋਈ ਵੀ ਲੈ ਕੇ ਆਉਂਦਾ, ਚਾਹੇ ਮੁਹੱਲੇ ਵਾਲਾ ਚਾਹੇ ਬਾਹਰ ਵਾਲਾ, ਉਹਨੂੰ ਨਹੀਂ ਬਖਸ਼ਿਆ ਜਾਏਗਾ ਮਹਾਰਾਜ। ਉਹਦੀ ਪਟੀਨ ਵੀ ਭਰੀਚੇਗੀ, ਥਾਣੇ ਵੀ ਦਿਆਂਗੇ। ਪ੍ਰਸ਼ਾਸਨ ਤੋਂ ਮੰਗ ਇਹ ਕਰਨੇ ਆ ਵੀ ਇਹ ਜਿਹੜਾ ਨਸ਼ਾ ਇਹ ਇੱਥੋਂ ਖਤਮ ਕੀਤਾ ਜਾਏ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਨੇ। ਇੱਥੇ ਸਾਡੇ ਨਸ਼ਾ ਇੰਨਾ ਵੱਧ ਗਿਆ ਕਿ ਸਾਡਾ ਇੱਥੇ ਭਰਾ ਮਹੱਲੇ 'ਚ ਮਰ ਗਿਆ ਅੱਜ। ਪਿਛਲੇ ਹਫ਼ਤੇ ਟਿੱਬੀ ਇੱਕ ਨਸ਼ਾ ਜ਼ਿਆਦਾ ਕਰਕੇ ਮਰ ਗਿਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਮਤਲਬ ਕਿ ਇੱਥੇ ਜੋ ਨਸ਼ਾ ਵੱਧ ਰਿਹਾ ਇਹਨਾਂ ਨੂੰ ਰੁਕਾਵਟ ਕਰੀ ਜਾਵੇ, ਇਹਦੇ ਨਾਲ ਅਸੀਂ ਜੋ ਵੀ ਇੱਥੇ ਕੋਈ ਆਇਆ ਪਾਸੇ ਮਹੱਲੇ ਦਾ ਬੰਦਾ ਅਸੀਂ ਫੜ ਕੇ ਮਾਂਜਾਂਗੇ ਅਤੇ ਅਸੀਂ ਉਹਨੂੰ ਬੰਨ੍ਹ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ। ਇਹਦੀ ਮੌਤ ਨਸ਼ਾ ਜ਼ਿਆਦਾ ਕਰਨ ਦੇ ਨਾਲ ਹੋ ਗਈ। ਅਸੀਂ ਮਤਲਬ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਦੁਬਾਰਾ ਕੋਈ ਵੀ ਨਸ਼ੇ ਕੰਟਰੋਲ ਹੋ ਜਾਏ, ਪ੍ਰਸ਼ਾਸਨ ਪੂਰਾ ਜ਼ੋਰ ਲਾਵੇ। ਅਸੀਂ ਇਕਜੁੱਟ ਹੋ ਗਏ ਹਾਂ ਪੂਰੇ ਮਹੱਲੇ ਵਾਲੇ, ਕੋਈ ਵੀ ਬੰਦਾ ਪਾਸੇ ਤੋਂ ਇੱਥੇ ਆ ਗਿਆ ਤਾਂ ਅਸੀਂ ਉਹਨੂੰ ਬਚਕਾਂਗੇ ਨਹੀਂ। ਅਸੀਂ ਮਾਮਲਾ ਜੀ ਦਿਨ ਪਰ ਦਿਨ ਨਵੀਂ ਪੀੜ੍ਹੀ ਛੋਟੇ ਤੋਂ ਲੈ ਕੇ ਵੱਡੇ ਤੱਕ ਨਸ਼ੇ ਦੀ ਭੇਟ ਚੜ੍ਹਦਾ ਜਾ ਰਿਹਾ। ਬਾਕੀ ਪ੍ਰਸ਼ਾਸਨ ਵੱਲੋਂ ਇੰਨੀ ਸਖਤੀ ਵੀ ਵਰਤੀ ਜਾ ਰਹੀ, ਬਾਕੀ ਫਿਰ ਕਿਉਂ, ਫਿਰ ਵੀ ਦਿਨ ਪਰ ਦਿਨ ਕਦੇ ਤਰਾਂ ਵਾਲੇ ਦੇਖਦੇ ਹਾਂ, ਲੱਖਾ ਸਿੰਘ ਵਾਲੇ ਦੇਖਦੇ ਹਾਂ ਜਾਂ ਕਿਸੇ ਹੋਰ ਵੀ ਪਿੰਡ ਦੇਖਦੇ ਹਾਂ, ਨਵੀਂ ਤੋਂ ਨਵੀਂ ਮੌਤ ਨਸ਼ੇ ਦੀ ਭੇਟ ਚੜ੍ਹ ਰਿਹਾ ਨਵਾਂ ਨੌਜਵਾਨ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਜੋ ਨਸ਼ਾ ਕਰ ਰਹੇ ਨੇ, ਜਾਂ ਤਾਂ ਕੋਈ ਇਹਨਾਂ ਵਾਸਤੇ ਕੋਈ ਵਧੀਆ ਕੋਈ ਮੈਡੀਕਲ ਸੈਂਟਰ ਵਧੀਆ ਖੋਲ੍ਹਿਆ ਜਾਵੇ ਜਿੱਥੇ ਇਹਨਾਂ ਦਾ ਬਚਾਅ ਹੋ ਸਕੇ ਜਿਹੜੇ ਕਰ ਰਹੇ ਨੇ ਨਸ਼ਾ, ਅਤੇ ਜਾਂ ਜਿਹੜੇ ਵੇਚ ਰਹੇ ਨੇ ਉਹਨਾਂ 'ਤੇ ਉਹਨਾਂ ਨੂੰ ਨੱਥ ਪਾਈ ਜਾਵੇ। ਅਸਲੀ ਜਾਮਾ ਬਾਕੀ ਜਿਹੜੀ ਲੋਕਲ ਪੁਲਿਸ ਹੈ ਉਹ ਅਸਲੀ ਆਪਦੀ ਹੁਨਰ ਦੇ ਵਿੱਚ ਨਹੀਂ ਆ ਰਹੀ। ਜੋ ਉਹਨਾਂ ਨੂੰ ਚਾਹੀਦਾ ਸੀ ਵੀ ਕਾਰਵਾਈ ਚਾਹੀਦੀ ਹੈ, ਗਲੀ ਗਲੀ ਜਾ ਕੇ ਜਾਂ ਕਿਸ ਤਰ੍ਹਾਂ ਵੀ ਜਾ ਕੇ ਲੋਕਾਂ ਤੱਕ ਸੰਦੇਸ਼ ਪਹੁੰਚਾ ਕੇ ਵੀ ਉਹਨਾਂ ਨੂੰ ਜਿਹੜੇ ਅਸਲੀ ਗੁਨਾਹਗਾਰ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਹੁਕਮਾਂ ਦੀ ਪੁਲਿਸ ਅਧਿਕਾਰੀਆਂ ਵੱਲੋਂ ਕੋਈ ਵੀ ਪਰਵਾਹ ਨਹੀਂ ਕੀਤੀ ਜਾ ਰਹੀ। ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਪਰ ਸਰਕਾਰ ਨਸ਼ੇ ਦੇ ਮੁੱਦੇ ਤੇ ਗੰਭੀਰ ਦਿਖਾਈ ਨਹੀਂ ਦਿੰਦੀ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ, D5 ਚੈਨਲ ਪੰਜਾਬੀ।